ਲੁਟਣ ਤਾਂ ਲੋਕਾਂ ਨੇ ਪਾਉਣੀਆਂ, ਤੁਸੀਂ ਧਮਕੀਆਂ ਪੁਲਿਸ ਵਾਲੀਆਂ ਤਾਂ ਹੋਰ ਮਨਜ਼ੂਰ, ਲੇਕਿਨ ਆਹ ਕਿਸ ਤਰ੍ਹਾਂ ਮਨਜ਼ੂਰ ਕਰ ਲਈਏ? ਸ਼ੀਤਲ ਅੰਗਰਾਜ ਨੂੰ ਮਰਾਉਣਾ ਚਾਹੁੰਦੇ ਹੋ ਜਾਂ ਚਰਨਜੀਤ ਚੰਨੀ ਨੂੰ ਮਰਾਉਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ 'ਤੇ ਐਲੀਗੇਸ਼ਨ ਲਗਾ ਤੇ ਉਹਨਾਂ ਨੂੰ ਮਰਾਉਣਾ ਚਾਹੁੰਦੇ ਹੋ? ਤੁਸੀਂ ਕਿਹਨੂੰ ਮਰਾਉਣਾ ਚਾਹੁੰਦੇ ਹੋ? ਕੀ ਅਤੇ ਤੁਸੀਂ ਕਿਹੜਾ ਕਿਹੜਾ ਬੂਥ ਕੈਪਚਰ ਕਰਾਉਣਾ ਚਾਹੁੰਦੇ ਹੋ? ਅਤੇ ਸਾਡੇ ਬੰਦਿਆਂ ਨੂੰ ਜੀਣ ਨਹੀਂ ਦੇ ਰਿਹਾ, ਦੋ ਕੱਲ੍ਹ ਰਾਤ ਦਾ ਆਇਆ ਹੋਇਆ। ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪਰੋਲ ਕੈਂਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ, ਉਸ ਤੋਂ ਬਾਅਦ ਉਹਨੇ ਭੇਜਿਆ, ਸਾਨੂੰ ਕੋਈ ਇਤਰਾਜ਼ ਨਹੀਂ। ਪਿਆਰੇ ਸਾਰੇ ਸਾਥੀਓ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੀ ਪ੍ਰੈਸ ਕਾਨਫਰੰਸ 'ਚ ਆਏ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਆਮ ਆਦਮੀ ਪਾਰਟੀ ਜਿਹੜੀ ਲੋਕਾਂ ਵਿੱਚ ਇਨਕਲਾਬ ਦਾ ਨਾਰਾ ਦੇ ਕੇ ਆਈ ਸੀ, ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਸਾਫ਼ ਸੁਥਰਾ ਨੇਕ ਪ੍ਰਸ਼ਾਸਨ ਦੇਵਾਂਗੇ, ਅੱਜ ਉਹ ਇੱਥੇ ਦਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਐਸੀਆਂ ਘਿਨਾਉਣੀਆਂ ਹਰਕਤਾਂ ਕਰ ਰਹੀ ਹੈ ਕਿ 25-25 ਲੱਖ ਰੁਪਈਏ ਦੀ ਬੋਲੀ ਲਗਾ ਤੀ ਆਮ ਬੰਦਿਆਂ ਦੀ, MCਾਂ ਦੀ ਅਤੇ ਹੋਰਾਂ ਦੀ, ਪੈਸਾ ਪੂਰਾ ਖਰਚਿਆ ਜਾ ਰਿਹਾ, ਸਰਕਾਰੀ ਮਸ਼ੀਨਰੀ ਨੂੰ ਪੂਰਾ ਵਰਤਿਆ ਜਾ ਰਿਹਾ, ਹਰ ਤਰ੍ਹਾਂ ਦੀ ਧਮਕੀ, ਹਰ ਤਰ੍ਹਾਂ ਦਾ ਸਾਰਾ ਕੁਛ ਹੋ ਰਿਹਾ, ਤੁਸੀਂ ਦੇਖ ਕੇ ਵੀ ਆਏ ਹੋ ਅਤੇ ਹੋ ਰਿਹਾ, ਦੇਖ ਵੀ ਰਹੇ ਹੋ। ਲੇਕਿਨ ਪਹਿਲਾਂ ਵੀ ਇਲੈਕਸ਼ਨ ਹੁੰਦੇ ਆਏ ਹੈ, ਪਹਿਲਾਂ ਵੀ ਮਸ਼ੀਨਰੀਆਂ ਦਾ ਮਿਸਯੂਜ਼ ਹੁੰਦਾ, ਪੈਸੇ ਦੀ ਵਰਤੋਂ ਹੁੰਦੀ ਹੈ। ਮੈਂ ਇਸ ਗੱਲ ਨੂੰ ਬਹੁਤਾ ਤਰਜੀਹ ਨਹੀਂ ਦਿੰਦਾ, ਲੇਕਿਨ ਅਸੀਂ ਉਹਦੇ ਵਾਸਤੇ ਲੜ ਰਹੇ ਹਾਂ ਅਤੇ ਲੜਾਂਗੇ। ਪਰ ਹੁਣ ਇਹ ਜਿਸ ਘਿਨਾਉਣੀ ਹਰਕਤਾਂ 'ਤੇ ਆਮ ਆਦਮੀ ਪਾਰਟੀ ਉਤਰੀ ਹੈ, ਮੈਂ ਉਹਦੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਕਿ ਜਾਨ ਮਾਲ ਨੂੰ ਪੈ ਗਿਆ। ਬੂਥ ਕੈਪਚਰ ਕਰਨ ਦਾ ਪਹਿਲਾਂ ਤਾਂ ਜੁਗਾੜ ਬਣਾ ਲਿਆ, ਤਰੀਕਾ ਲੱਭ ਲਿਆ ਅਤੇ ਕਾਤਲਾਂ ਨੂੰ ਇੱਥੇ ਵਿੱਚ ਲੈ ਕੇ ਆ ਗਏ, ਜਿਨ੍ਹਾਂ ਨੇ 3-3 ਕਤਲਾਂ ਦੇ, ਇਸ ਤੋਂ ਵੀ ਜ਼ਿਆਦਾ ਕਤਲਾਂ ਦੇ ਜਿਨ੍ਹਾਂ 'ਤੇ ਕੇਸ ਚੱਲ ਰਹੇ ਹੈ, ਉਹਨਾਂ ਨੂੰ ਪਰੋਲ 'ਤੇ ਲਿਆ ਕੇ ਸਾਡਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਆਹ ਬੰਦਾ ਖੜਾ ਹੈ ਪੁਲਿਸ ਦੇ ਨਾਲ, ਇਹਦਾ ਨਾਮ ਹੈ ਦਲਜੀਤ ਸਿੰਘ ਪਾਨਾ, ਜਲੰਧਰ ਦਾ ਰਹਿਣ ਵਾਲਾ ਪੁਰਾਣਾ। ਦਲਜੀਤ ਸਿੰਘ ਪਾਨਾ ਗੈਂਗਸਟਰ ਹੈ, ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ, ਇਹਦੇ ਪਰ ਕੇਸ ਕਿਹਾ ਹੈ। ਪਹਿਲਾਂ ਇਹਨੇ ਕਤਲ ਕੀਤਾ, ਮਤਲਬ ਕਤਲ ਦਾ ਦੋਸ਼ ਲੱਗਿਆ ਇਹਦੇ 'ਤੇ, ਤਾਂ ਇਹ ਅੰਦਰ ਚਲੇ ਗਿਆ, ਇਹ ਜ਼ਮਾਨਤ ਲੈ ਕੇ ਆ ਗਿਆ, ਜ਼ਮਾਨਤ ਪਰ ਆਏ ਹੋਏ ਨੇ, ਦੋ ਕਤਲ ਦਾ ਹੋ ਕੇ ਦੋਸ਼ ਲੱਗਿਆ, ਦੋ ਕਤਲ ਹੋਰ ਹੋਏ ਜਿਹੜੇ ਕਿ ਕਹਿੰਦੇ ਵੀ ਇਹਨੇ ਕੀਤੇ, 3 ਕਤਲ ਹੋ ਗਏ। ਇਹ ਬੰਦਾ ਅੰਦਰ ਚਲੇ ਗਿਆ, ਇਹਨੂੰ ਉਮਰ ਕੈਦ ਸੁਣਾ ਦਿੱਤੀ ਗਈ, ਹਾਈਕੋਰਟ ਤੱਕ, ਪਤਾ ਨਹੀਂ ਮੈਨੂੰ ਸੁਪਰੀਮ ਕੋਰਟ ਗਿਆ ਕਿ ਨਹੀਂ, ਹਾਈਕੋਰਟ ਤੱਕ ਦਾ ਪਤਾ ਕਿ ਇਹਦੀ ਜ਼ਮਾਨਤ ਨਹੀਂ ਹੋਈ। ਅਤੇ ਹੁਣ ਆਮ ਆਦਮੀ ਪਾਰਟੀ
ਨੇ ਇਸ ਪਰਿਵਾਰ ਤੋਂ ਦਰਖਾਸਤ ਲੈ ਕੇ ਡੀਸੀ ਨੂੰ ਕਹਿ ਕੇ ਜੇਲਰ ਨੂੰ ਦਬਾਅ ਪਾ ਕੇ ਇਸ ਨੂੰ ਪਰੋਲ ਤੇ ਲਿਆਂਦਾ ਪਰਸੋਂ, ਤੇ ਇਹ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ, ਇਹਦੇ ਚਾਰੇ ਪਾਸੇ ਪੁਲਿਸ ਹੁੰਦੀ ਹੈ, ਪੂਰੀ ਦਹਿਸ਼ਤਗਰਦੀ ਸਾਡੇ ਬੈਸਟ ਹਲਕੇ ਚ ਪਾ ਰਿਹਾ, ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕਿਆ, ਸ਼ੀਤਲ ਦੇ ਘਰ ਦੇ ਆਲੇ ਦੁਆਲੇ ਫਿਰਦਾ ਪਾਇਆ ਗਿਆ, ਤੇ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਆਹ ਰਾਜ ਲਿਆਉਣ ਵਾਸਤੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ, ਤੁਸੀਂ ਲੜਨਾ ਫੇਅਰ ਤਰੀਕੇ ਨਾਲ ਲੜ ਲਓ, ਤੁਸੀਂ ਪੈਸੇ ਵੀ ਵਰਤ ਰਹੇ ਆ, ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ, ਕੋਈ ਗੱਲ ਨਹੀਂ, ਵੋਟਾਂ ਤਾਂ ਲੋਕਾਂ ਨੇ ਪਾਉਣੀਆਂ, ਤੁਸੀਂ ਧਮਕੀਆਂ ਪੁਲਿਸ ਵਾਲੀਆਂ ਤਾਂ ਹੋਰ ਮਨਜ਼ੂਰ, ਲੇਕਿਨ ਆਹ ਕਿਸ ਤਰ੍ਹਾਂ ਮਨਜ਼ੂਰ ਕਰ ਲਈਏ? ਤੁਸੀਂ ਕਿਆ ਸ਼ੀਤਲ ਅੰਗਰਾਲ ਨੂੰ ਮਰਾਉਣਾ ਚਾਹੁੰਦੇ ਹੋ, ਜਾਂ ਚਰਨਜੀਤ ਚੰਨੀ ਨੂੰ ਮਰਾਉਣਾ ਚਾਹੁੰਦੇ ਹੋ, ਜਾਂ ਜਿਹਨੇ ਤੁਹਾਡੇ 'ਤੇ ਐਲੀਗੇਸ਼ਨ ਲਗਾ ਤੇ ਉਹਨਾਂ ਨੂੰ ਮਰਾਉਣਾ ਚਾਹੁੰਦੇ ਹੋ? ਤੁਸੀਂ ਕਿਹਨੂੰ ਮਰਾਉਣਾ ਚਾਹੁੰਦੇ ਹੋ? ਕੀ ਤੇ ਤੁਸੀਂ ਕਿਹੜਾ ਕਿਹੜਾ ਬੂਥ ਕੈਪਚਰ ਕਰਾਉਣਾ ਚਾਹੁੰਦੇ ਹੋ? ਉੱਥੇ ਸਾਡੇ ਬੰਦਿਆਂ ਨੂੰ ਜੀਣ ਨਹੀਂ ਦੇ ਰਿਹਾ, ਕੱਲ੍ਹ ਰਾਤ ਦਾ ਆਇਆ ਹੋਇਆ। ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪਰੋਲ ਕੈਂਸਲ ਕਰਕੇ ਇਹਨੂੰ ਵਾਪਸ ਭੇਜਿਆ ਜਾਵੇ, ਉਸ ਤੋਂ ਬਾਅਦ ਉਹਨੇ ਭੇਜਿਆ ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਇਹ ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ, ਉਸ ਨੂੰ ਡਿਊਰਿੰਗ ਇਲੈਕਸ਼ਨ ਕੋਡ ਪਰੋਲ ਨਹੀਂ ਦਿੱਤੀ ਜਾ ਸਕਦੀ, ਕਾਨੂੰਨ 'ਚ ਲਿਖਿਆ, ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ, ਕਿਸ ਤਰ੍ਹਾਂ ਲਿਆਂਦਾ ਗਿਆ? ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ, ਕਿਆ ਇਹ ਤੁਹਾਡਾ ਇਨਕਲਾਬ ਹੈ? ਹੁਣ ਤਾਂ ਫਿਰ ਐਸੀ ਹੈ ਕਿ ਸਰਪਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ ਹੋਏ ਕਾ ਦਿਲ ਮੇ ਹੈ। ਅਸੀਂ ਲੜਾਂਗੇ, ਅਸੀਂ ਮਰਾਂਗੇ, ਅਸੀਂ ਇੱਥੇ ਆਪਣੇ ਜਲੰਧਰ ਨੂੰ ਬਚਾਉਣਾ, ਅਸੀਂ ਪੰਜਾਬ ਨੂੰ ਬਚਾਉਣਾ ਤੁਹਾਡੇ, ਜਿਸ ਤਰੀਕੇ ਦੇ ਤੁਹਾਡੇ ਰਵੱਈਏ ਹੈ, ਇਸ ਤਰ੍ਹਾਂ ਦੇ ਕਾਤਲ ਘਨੌਣੀਆਂ ਹਰਕਤਾਂ ਤੁਹਾਡੀਆਂ, ਜਿਸ ਤਰੀਕੇ ਦੇ ਨਾਲ ਤੁਸੀਂ ਇਹ ਇਲੈਕਸ਼ਨ ਲੁੱਟਣਾ ਚਾਹੁੰਦੇ ਹੋ ਪੁਲਿਸ ਦੀ ਔਰ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ, ਅਤੇ ਇਸ ਤਰ੍ਹਾਂ ਦੇ ਕ੍ਰਿਮੀਨਲਸ ਨੂੰ ਲਿਆ ਕੇ, ਅਸੀਂ ਇਹ ਉਹਦੇ ਚੱਲਣ ਨਹੀਂ ਦੇਣਾ। ਇਲੈਕਸ਼ਨ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ, ਲੋਕ ਨਿਤਾਰਾ ਕਰਨਗੇ, ਨਾ ਜਲੰਧਰ ਦੇ ਲੋਕ ਡਰਦੇ ਹੈ, ਨਾ ਜਲੰਧਰ ਦੇ ਲੋਕ ਬਕਾਊ ਹੈ, ਨਾ ਜਲੰਧਰ ਦੇ ਲੋਕ ਤੁਹਾਡੇ ਲਾਰਿਆਂ ਵਿੱਚ ਆਉਣ ਵਾਲੇ ਹੈ। ਤੁਸੀਂ ਪਹਿਲਾਂ ਕਿਹਾ ਦਲਿਤ ਡਿਪਟੀ ਸੀਐਮ ਬਣਾਵਾਂਗੇ, ਅੱਜ ਤੱਕ ਨਹੀਂ ਬਣਾਇਆ, ਹੁਣ ਕਿਸ ਤਰ੍ਹਾਂ ਜਾਂਦੇ ਉਹਨਾਂ ਬਸਤੀਆਂ ਦੇ ਵਿੱਚ? ਤੁਸੀਂ ਅੱਜ ਸਵੇਰੇ ਮੀਂਹ ਪਿਆ, ਇੱਕ ਘਰ ਦੇ ਵਿੱਚ 2-2 ਫੁੱਟ ਪਾਣੀ, ਉਹਦੀ ਵੀਡੀਓ ਤੁਹਾਨੂੰ ਦਿਖਾ ਦਿੰਦਾ ਮੈਂ, ਇੱਕ ਨਹੀਂ ਇਹ ਸਾਰੇ ਘਰਾਂ ਦਾ ਇਹੀ ਹਾਲ ਹੈ। 2 ਸਾਲ ਤੁਸੀਂ ਕਿਆ ਕਰਦੇ ਰਹੇ ਜੀ? ਗੰਦਾ ਪਾਣੀ, ਟਿਊਬਵੈੱਲ ਬੰਦ ਹੈ, ਟਿਊਬਵੈੱਲ ਇੱਕ ਬਸਤੀ ਦੇ ਵਿੱਚ 4 ਦਿਨ ਹੋ ਗਏ ਪਾਣੀ ਨਹੀਂ ਆਇਆ, ਉਹ ਕਿਹਦੀ ਜ਼ਿੰਮੇਵਾਰੀ ਹੈ? ਤੁਸੀਂ ਇੱਥੇ ਇਲੈਕਸ਼ਨ ਲੜਨ ਦੇ ਬਾਵਜੂਦ, ਪੂਰਾ ਜ਼ੋਰ ਲਾਉਣ ਦੇ ਬਾਵਜੂਦ ਇੱਕ ਬਸਤੀ 'ਚ 4 ਦਿਨ ਤੋਂ ਪਾਣੀ ਨਹੀਂ ਪਹੁੰਚਾ ਸਕੇ, ਤਾਂ ਇਹ ਲੋਕਾਂ ਦਾ ਬਣੇਗਾ ਕਿਆ? ਮੈਂ ਇੱਥੇ ਦੇ ਜਿਹੜਾ ਕਮਿਸ਼ਨਰ ਹੈ ਕਾਰਪੋਰੇਸ਼ਨ ਦਾ, ਉਹਨੂੰ ਚਿੱਠੀ ਲਿਖ ਕੇ ਦਿੱਤੀ ਹੈ ਕਿ ਜੀ ਮੈਨੂੰ ਐਸਟੀਮੇਟ ਬਣਾ ਕੇ ਦਿਓ, ਮੈਂ ਇੱਥੇ ਦਾ MP ਚੁਣਿਆ ਗਿਆ, ਮੈਂ ਆਪਣੇ MP ਫੰਡ 'ਚੋਂ ਇੱਥੇ ਟਿਊਬਵੈੱਲ ਲਵਾਉਣਾ ਚਾਹੁੰਦਾ ਔਰ ਲਵਾਉਂਗਾ। ਲੇਕਿਨ ਇਹ ਸਰਕਾਰ ਵੱਲੋਂ ਕੁਛ ਨਹੀਂ ਹੋ ਰਿਹਾ, ਇਹ ਸਰਕਾਰ ਵੱਲੋਂ ਆਹ ਹੋ ਰਿਹਾ ਕਿ ਕ੍ਰਿਮੀਨਲਸ ਨੂੰ ਲਿਆ ਕੇ ਇੱਥੇ ਬੂਥ ਕੈਪਚਰਿੰਗ ਕਰਕੇ ਪੁਲਿਸ ਨੂੰ ਲਗਾ ਕੇ
ਇਹ ਇੱਥੇ ਲੁੱਟਣਾ ਚਾਹੁੰਦੇ ਹੈ ਇਲੈਕਸ਼ਨ ਨੂੰ, ਜਿਹੜਾ ਕਿ ਅਸੀਂ ਲੁੱਟਣ ਨਹੀਂ ਦੇਵਾਂਗੇ। ਅਸੀਂ ਇਸ ਦਾ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ, ਸਰਕਾਰ ਨੂੰ ਵੀ ਕਹਿ ਰਹੇ ਹਾਂ ਕਿ ਇਹਨੂੰ ਵਾਪਸ ਭੇਜੋ। ਜਿਹਨੇ ਸਿਫਾਰਸ਼ ਕਰਕੇ ਲਿਆਂਦਾ ਉਹੀ ਸਿਫਾਰਸ਼ ਕਰੇ, ਜਿਹੜੇ ਇੱਥੇ ਆ ਕੇ ਡੇਰਾ ਲਾ ਲਿਆ ਜਿਹਨਾਂ ਨੇ ਕੋਠੀਆਂ ਦੱਬ ਕੇ। ਯਾਰ ਮੈਂ ਤਾਂ ਹੈਰਾਨ ਹੈ, ਉਹ ਮੁੱਖ ਮੰਤਰੀ ਦੇ ਜਿਹੜੇ ਗਨਮੈਨ ਨੇ ਕਿਤੇ ਰੋਟੀ ਖਾਂਦੇ, ਉਹਦਾ 3 ਲੱਖ ਰੁਪਈਆ ਹੋ ਗਿਆ, ਉਹ ਨਹੀਂ ਦਿੰਦੇ। ਕਿਆ ਕਰੂੰਗੇ ਹੁਣ, ਇਹ ਵੀ ਲੁੱਟ ਜਾਏ ਸਾਡੇ ਗਰੀਬ ਆਦਮੀਆਂ ਨੂੰ। ਸੋ ਆਹ ਚੀਜ਼ ਜਿਹੜੀ ਹੈ ਇਹ ਬਰਦਾਸ਼ਤ ਦੇ ਕਾਬਲ ਨਹੀਂ ਆ, ਜਿਹੜੇ ਗਨਮੈਨ ਕਿਆ ਕਰਦੇ ਆ, ਹੋਰ ਕੁਛ ਕਿਆ ਕਰਦੇ, ਕਿਸ ਤਰ੍ਹਾਂ ਲੁੱਟਦੇ, ਸਾਨੂੰ ਬਹੁਤਾ ਪੰਗਾ ਨਹੀਂ। ਲੇਕਿਨ ਇਸ ਤਰ੍ਹਾਂ ਦੀ ਦਹਿਸ਼ਤਗਰਦੀ ਜਿਹੜੀ ਕਿ ਕ੍ਰਿਮੀਨਲ ਅਪਰੋਚ ਆਮ ਆਦਮੀ ਪਾਰਟੀ ਨੇ ਅਪਣਾਈ ਹੈ, ਅਸੀਂ ਇਹਦੀ ਘੋਰ ਨਿੰਦਾ ਕਰਦੇ, ਖਿਲਾਫ਼ ਅਸੀਂ ਲੜਾਂਗੇ। ਅਸੀਂ ਤਕੜੇ ਹੋ ਕੇ ਇਲੈਕਸ਼ਨ ਜਿੱਤਣਾ ਹੈ ਔਰ ਪਿਆਰ ਦੇ ਨਾਲ ਜਿੱਤਣਾ ਹੈ। ਲੋਕਾਂ ਵਿੱਚ ਅਸੀਂ ਪਿਆਰ ਦਾ ਸੁਨੇਹਾ ਦੇਣਾ ਹੈ, ਅਸੀਂ ਪਿਆਰ ਨਾਲ ਹੀ ਕੰਮ ਕਰਨਾ ਹੈ। ਮੈਨੂੰ ਲੋਕਾਂ ਨੇ ਪਿਆਰ ਨਾਲ ਵੋਟਾਂ ਪਾਈਆਂ, ਲੇਕਿਨ ਮੈਂ ਨਸ਼ਿਆਂ ਦੇ ਖਿਲਾਫ਼, ਮੈਂ ਜਿਹੜੀਆਂ ਦੜਾ ਸੱਟਾ ਚੱਲਦਾ, ਲਾਟਰੀਆਂ ਚੱਲਦੀਆਂ, ਜਿਹੜੀਆਂ ਇੱਥੇ ਬਦਫੈਲੀਆਂ ਹੋ ਰਹੀਆਂ, ਜਿਹੜੀਆਂ ਇਸੇ ਚੈਨ ਖਿੱਚ ਹੋ ਰਹੀਆਂ, ਜਿਹੜੇ ਇੱਥੇ ਡਾਕੇ ਔਰ ਲੁੱਟਾਂ ਹੋ ਰਹੀਆਂ, ਉਹਨਾਂ ਦੇ ਖਿਲਾਫ਼ ਲੜਾਂਗਾ, ਆਖਰੀ ਦਮ ਤੱਕ ਲੜਾਂਗਾ। ਔਰ ਸਾਡੇ ਭੈਣ ਜੀ ਔਰ ਜਿੱਤ ਜਾਣੇ ਹੈ, ਅਸੀਂ ਦੋਵੇਂ ਭੈਣ ਭਾਈ ਲੜ ਇੱਥੇ ਇਹਨਾਂ ਬਦਫੈਲੀਆਂ ਨੂੰ ਦੂਰ ਕਰਾਂਗੇ। ਇਹ ਦੋਨੋਂ ਇੱਕੋ ਜਿਹੀ ਹੈ, ਬੀਜੇਪੀ ਅਤੇ ਆਮ ਆਦਮੀ ਪਾਰਟੀ ਦੋਨਾਂ ਨੇ ਇੱਥੇ, ਕਿਉਂਕਿ ਜਿਹੜੇ ਪਹਿਲਾਂ ਲਾਹੌਰ ਮਾੜੇ ਸੀ, ਅੱਜ ਪਿਸ਼ੌਰ ਵੀ ਮਾੜੇ ਹੀ ਹੈ। ਜੇ ਬੀਜੇਪੀ ਉਹਨਾਂ ਨੂੰ ਲੇਗੀ ਤਾਂ ਉਹ ਚੰਗੇ ਨਹੀਂ ਹੋ ਗਏ, ਉਹਨਾਂ ਨੇ ਇੱਥੇ ਰਲ ਕੇ ਸਾਰਾ ਕੁਛ ਕੀਤਾ। ਅਤੇ ਜਿਹੜੇ ਹੁਣ ਸਿਹੇੜ ਨੇ ਜਾਂ ਜਿਹੜੇ ਅਰੋੜੇ ਵਰਗੇ ਬੈਠੇ, ਜਿਹਨਾਂ 'ਤੇ ਸਾਰੇ ਐਲੀਗੇਸ਼ਨ ਲੱਗੇ ਹੈ, ਉਹ ਵੀ ਇੱਥੇ ਮਾੜੀ ਹੈ। ਇਸ ਕਰਕੇ ਜਲੰਧਰ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਚੁਣੋ ਜਿਹੜਾ ਤੁਹਾਡੇ ਮਫਾਦ ਵਾਸਤੇ, ਤੁਹਾਡੀ ਸ਼ਾਂਤੀ ਵਾਸਤੇ, ਤੁਹਾਡੇ ਪਿਆਰ ਵਾਸਤੇ, ਤੁਹਾਡੀ ਤਰੱਕੀ ਵਾਸਤੇ ਖੜ੍ਹਾ ਔਰ ਖੜ੍ਹੇਗਾ। ਜਦ ਤੁਸੀਂ ਮੈਨੂੰ ਪਾਵਰ ਦਿੱਤੀ ਹੈ ਤਾਂ ਇਸ ਪਾਵਰ ਦੀ ਵਰਤੋਂ ਕਰਕੇ ਪਾਰਲੀਮੈਂਟ ਤੱਕ ਲੋਕਾਂ ਦੀ ਲੜਾਈ ਲੜਾਂਗਾ ਔਰ ਲੜ ਕੇ ਦਿਖਾਵਾਂਗੇ। ਔਰ ਇਹ ਲੜਾਈ ਹੈ ਜਿਹੜੀ ਨਸ਼ੇ ਨੂੰ ਖਤਮ ਕਰਨ ਦੀ, ਦੜਾ ਸੱਟਾ ਖਤਮ ਕਰਨ ਦੀ, ਲਾਟਰੀ ਖਤਮ ਕਰਨ ਦੀ, ਇੱਥੇ ਲੁੱਟਾਂ ਖੋਹਾਂ ਖਤਮ ਕਰਨ ਦੀ। ਇਹ ਲੜਾਈ ਅਸੀਂ ਜਿੱਤਾਂਗੇ ਔਰ ਤਕੜੇ ਹੋ ਕੇ ਜਿੱਤਾਂਗੇ। ਇਹ ਆਪ ਐਕਟਿਵ ਹੋ ਚੁੱਕਿਆ, ਅਜੇ ਇਹ ਕੱਲ ਆਇਆ, ਇਹਨੇ ਪੂਰੀ ਐਕਟੀਵਿਟੀ ਸ਼ੁਰੂ ਕਰਤੀ ਹੈ। ਮੈਂ ਤੁਹਾਨੂੰ ਫਿਰ ਦੱਸ ਰਿਹਾ, ਸ਼ੀਤਲ ਦੇ ਘਰ ਆਲੇ ਦੁਆਲੇ ਘੁੰਮਦਾ ਦਿਖ ਰਿਹਾ, ਕਿਸੇ ਨੂੰ ਵੀ ਜਾਨ ਮਾਲ ਦਾ ਖਤਰਾ ਹੈ ਸਾਡੇ ਹਲਕੇ ਦੇ ਵਿੱਚ, ਉਹ ਚਾਹੇ ਕੋਈ ਕੈਂਡੀਡੇਟ ਹੈ, ਕਿਉਂਕਿ ਹਾਰ ਰਹੇ ਹੈ, ਇੱਕ ਕੈਂਡੀਡੇਟ ਵੀ ਮਾਰਿਆ ਗਿਆ ਤਾਂ ਇਲੈਕਸ਼ਨ ਖਤਮ ਹੋ ਜਾਣੀ ਹੈ। ਔਰ ਜਿਹੜੇ ਬੰਦੇ ਨੇ ਪਹਿਲਾਂ ਜ਼ਮਾਨਤ 'ਤੇ ਆ ਕੇ 2 ਕਤਲ ਕੀਤੇ, ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਕਿ ਹੁਣ ਨਹੀਂ ਕਰੇਗਾ? ਮੈਂ ਕਹਿੰਦਾ ਪੁਲਿਸ ਕਿਆ ਕਰਦੀ ਹੈ, ਇਹ DC ਕਿੱਦਾਂ ਦਾ ਜਿਹਨੇ ਇਹ ਇਜਾਜ਼ਤ ਦਿੱਤੀ ਹੈ? ਔਰ ਇਲੈਕਸ਼ਨ ਦੇ ਵਿੱਚ ਠੀਕ ਹੈ, ਮੁੱਖ ਮੰਤਰੀ ਨੂੰ ਤਾਂ ਇਹੋ ਜਿਹੇ ਬੰਦਿਆਂ ਦੀ ਲੋੜ ਹੈ, ਉਹਨੇ ਬੁਲਾ ਲਿਆ, ਲੇਕਿਨ ਅਸੀਂ ਤਾਂ ਆਪਣੇ ਸਮਾਜ ਨੂੰ ਦੇਖਣਾ। ਸਰ ਸ਼ੀਤਲ ਨੂੰ ਕਿੱਦਾਂ ਦੇਖਦੇ? 2:45 ਤੱਕ ਉਹਨੇ CM ਸਾਹਿਬ ਦਾ ਵੇਟ ਕੀਤਾ ਵਾ, ਤੇ ਇੱਕ ਪੈਨ ਡਰਾਈਵ ਜ਼ਰੂਰ ਹੱਥ 'ਚ ਦਿਖਾਈ ਹੈ, ਲੋਕਾਂ ਨੂੰ ਸੁਣਾਈ ਨਹੀਂ ਹੈ ਕਿ ਕੀ ਹੈ ਜਾਂ ਕੀ ਨਹੀਂ ਹੈ, ਕਹਿੰਦੇ ਹੁਣ ਇਹਨੂੰ ਮੈਂ CM ਤੱਕ ਪਹੁੰਚਾਊਂਗਾ। ਸ਼ੀਤਲ ਉਂਗਰਾਲ ਨੇ ਬਹੁਤ ਹੀ ਸੰਗੀਨ ਜਿਹੜੇ ਇਲਜ਼ਾਮ ਹੈ ਉਹ ਆਮ ਆਦਮੀ ਪਾਰਟੀ 'ਤੇ ਸਮੁੱਚੇ ਤੌਰ 'ਤੇ ਲਗਾਏ ਹੈ, ਉਹਨਾਂ ਦੇ MLA 'ਤੇ ਵੀ ਲਗਾਏ ਹੈ, ਮੁੱਖ ਮੰਤਰੀ ਦੇ ਪਰਿਵਾਰ 'ਤੇ ਵੀ ਲਗਾਏ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ, ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਠੀਕ ਹੈ, ਕਿੰਨਾ ਕੁ ਲੜ ਸਕਦਾ ਇੱਕ ਆਦਮੀ? ਕਹਿੰਦੇ ਸੇਵਾ ਦੇਸ਼ ਅਤੇ ਕੌਮ ਦੀ ਬੜੀ ਔਖੀ,
ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ। ਜਿਹਨੇ ਇਹ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮੁਸੀਬਤਾਂ ਘਾਲੀਆਂ ਨੇ। ਉਹ ਆਪਣੀ ਧੀ ਨੂੰ ਨਾਲ ਲੈ ਕੇ ਖੜ ਗਿਆ ਕਿ ਮੇਰੇ ਟੱਬਰ ਨੂੰ ਖਤਰਾ ਹੈ। ਉਸਨੇ ਕਿਹਾ ਕਿ ਮੈਨੂੰ ਪਾਕਿਸਤਾਨ ਤੋਂ ਟੈਲੀਫੋਨ ਆਇਆ ਕਿ ਆ ਮੁੱਖ ਮੰਤਰੀ ਜੀ ਦੱਸਣਗੇ, ਕੇਸ ਤਾਂ ਸਾਰਾ ਮੁੱਖ ਮੰਤਰੀ ਦੇ ਖਿਲਾਫ ਸੀ। ਫਿਰ ਪਾਕਿਸਤਾਨ ਤੋਂ ਤਾਂ ਧਮਕੀਆਂ ਕੌਣ ਦੇ ਰਿਹਾ? ਕਿਆ ਲਿੰਕ ਹੈ ਸਰਕਾਰ ਦਾ ਪਾਕਿਸਤਾਨ ਦੇ ਨਾਲ ਕਿ ਪਾਕਿਸਤਾਨ ਤੋਂ ਧਮਕੀਆਂ ਆਉਣ ਲੱਗ ਗਈਆਂ? ਗੱਲ ਮੁੱਖ ਮੰਤਰੀ ਨਾਲ, ਲੜਾਈ ਮੁੱਖ ਮੰਤਰੀ ਦੇ ਨਾਲ ਹੈ ਅਤੇ ਐਲੀਗੇਸ਼ਨ ਮੁੱਖ ਮੰਤਰੀ ਦੇ ਪਰਿਵਾਰ 'ਤੇ ਹੈ ਅਤੇ ਧਮਕੀ ਪਾਕਿਸਤਾਨ ਤੋਂ ਆ ਰਹੀ। ਕਿਆ ਲਿੰਕ ਹੈ? ਇਹਨੂੰ ਕੌਣ ਇਸਟੈਬਲਿਸ਼ ਕਰੇਗਾ? ਬਿੱਲੀ ਦੇ ਸਿਰਹਾਣੇ ਦੁੱਧ ਰੱਖਤਾ ਉਹ ਯਾਰ ਮੁੱਖ ਮੰਤਰੀ ਦੇ ਤਾਂ ਖਿਲਾਫ ਦਰਖਾ ਤੁਹਾਡੇ ਸਾਰੇ ਐਲੀਗੇਸ਼ਨ ਉਹਦੇ ਪਰਿਵਾਰ ਦੇ, ਤੁਸੀਂ ਮੁੱਖ ਮੰਤਰੀ ਨੂੰ ਫੜਾ ਰਹੇ ਹੋ। ਮੈਂ ਤਾਂ ਬੀਜੇਪੀ ਵਾਲਿਆਂ 'ਤੇ ਹੈਰਾਨ ਹੈ, ਕਿਆ ਹੈ ਤੁਹਾਡੇ ਵਿੱਚ ਵੀ? ਤੁਸੀਂ ਰਲੇ ਮਿਲੇ ਹੋ ਸਾਰਾ ਕੁਛ ਇਹ। ਪਹਿਲਾਂ ਕੌਣ ਨੀ ਜਾਣਦਾ, ਸਾਰੇ ਇਕੱਠੇ ਹੀ ਸੀਗੇ। ਜਦ ਸ਼ੀਤਲ ਅੰਗਰਾਲ ਤੇ ਖੋਲਿਆ ਸਾਰਾ ਕੁਛ, ਅਰੋੜੇ ਕੋਲ ਆ ਗਿਆ ਤਾਂ ਇਹ ਭੱਜ ਗਏ। ਲੇਕਿਨ ਇੱਕ ਗੱਲ ਜ਼ਰੂਰ ਹੈ ਇਹ ਸਾਰੇ ਕਰਨਾ ਕਰਮ ਦੇ ਵਿੱਚ ਕਿ ਕਰਿਆ ਸਾਰਾ ਕੁਛ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਛਹਿ 'ਤੇ, ਚਾਹੇ ਉਹ ਪਹਿਲਾਂ ਸ਼ੀਤਲ ਕਰਦਾ ਸੀ, ਚਾਹੇ ਫਿਰ ਉਹ ਰਿੰਕੂ ਕਰਦਾ ਸੀ, ਚਾਹੇ ਹੁਣ ਅਰੋੜਾ ਕਰ ਰਿਹਾ, ਚਾਹੇ ਉਹਨੂੰ ਪਰਿਵਾਰਾਂ ਦੀ ਛਹਿ ਹੈ ਜਾਂ ਪਰਿਵਾਰ ਕਰਾ ਰਿਹਾ ਹੈ, ਸਾਰਾ ਕੁਛ ਆਮ ਆਦਮੀ ਪਾਰਟੀ ਦਾ। ਇਸ ਕਰਕੇ ਅਸਲੀ ਭਾਂਡਾ ਤਾਂ ਆਮ ਆਦਮੀ ਪਾਰਟੀ ਦਾ ਭਾਂਡਾ ਹੋਣ ਵਾਲਾ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ, ਜਿਹਨੇ ਪੰਜਾਬ ਦੇ ਵਿੱਚ ਅਜਿਹੇ ਬੰਦਿਆਂ ਨੂੰ ਪਰੋਲ 'ਤੇ, ਯਾਰ ਬਾਬੇ ਨੂੰ ਲੈ ਕੇ ਆਉਂਦੇ ਸੀ ਬੀਜੇਪੀ ਵਾਲੇ, ਇਹ ਨਵਾਂ ਕੰਮ ਸਿੱਖ ਗਏ। ਉਹ ਬਾਬਾ ਕਿਹੜਾ? ਉਹ ਸਿਰਸੇ ਵਾਲੇ ਬਾਬਾ ਜੀ ਨੂੰ ਤਾਂ ਲੈ ਕੇ ਆਉਂਦੇ ਸੀ ਇਹ, ਆਹ ਹੁਣ ਇਹਨੂੰ ਲੈ ਕੇ ਆਉਣ ਲੱਗ ਗਏ। ਸਿੱਧੀ ਉਹ ਲੈ ਯਾਰ ਹੱਦ ਹੋ ਗਈ। ਕਿਆ ਹੁਣ ਮਰਵਾਉਣੇ ਆ ਇੱਥੇ ਜਲੰਧਰ ਦੇ ਲੋਕ? ਇਸ ਗੱਲ ਪਰ ਆ ਗਏ ਤੁਸੀਂ ਆਮ ਆਦਮੀ ਪਾਰਟੀ ਵਾਲੇ। ਸੋ ਮੈਂ ਮੰਗ ਕਰਦਾ ਕਿ ਇਹਦੀ ਪਰੋਲ ਵਾਪਸ ਕੀਤੀ ਜਾਵੇ। ਜੋ ਇਲਜ਼ਾਮ ਸ਼ੀਤਲ ਉਂਗਰਾਲ ਨੇ ਲਗਾਏ ਹੈ ਉਹਨਾਂ ਦੀ ਹਾਈ ਕੋਰਟ ਸੂਓ ਮੋਟੋ ਉਹਨਾਂ ਨੂੰ ਲਵੇ ਅਤੇ ਉਹਦੇ 'ਤੇ CBI ਇਨਕੁਆਇਰੀ ਮਾਰ ਕਰੇ। BJP ਨੂੰ ਮੈਂ ਕਹਿਣਾ ਚਾਹੁੰਦਾ ਕਿ ਜਾਗੋ, ਮਿਲ ਕੇ ਨਾ ਖੇਲੋ। ਤੁਸੀਂ ਉਹਨੂੰ ਖੜਾ ਤਾਂ ਦਿੱਤਾ ਸਟੇਜ 'ਤੇ, ਉਹਨੂੰ ਫਿਰ ਤਕੜਾ ਤਾਂ ਕਰ ਦਿੰਦੇ, ਉਹ ਵਿਚਾਰਾ ਰੋਣ ਲੱਗ ਗਿਆ ਆਪਣੀ ਧੀ ਨੂੰ ਲੈ ਕੇ ਕਿ ਮੈਂ ਆਪਣੀ ਧੀ ਵੀ ਬਚਾਉਣੀ। ਉਹ ਵੀ ਠੀਕ ਹੈ ਇੱਕ ਜਗ੍ਹਾ, ਇਹ ਕਿੰਨਾ ਕੁ ਲੜ ਸਕਦਾ ਉਹ ਬੰਦਾ ਇੱਕ ਸਰਕਾਰ ਦੇ ਨਾਲ? ਇਸ ਗੱਲ 'ਤੇ ਮੈਨੂੰ ਉਹਦੇ ਨਾਲ ਹਮਦਰਦੀ ਹੈ, ਮੈਂ ਉਹਦੇ ਨਾਲ ਖੜਾ। ਮੈਂ ਕਹਿੰਦਾ ਮੰਨੋ ਦਵੇ ਉਹ, ਮੈਂ ਤੁਹਾਡੇ ਸਾਰੇ ਪੱਤਰਕਾਰਾਂ ਦੇ ਵਿੱਚ ਉਸ ਆਡੀਓ ਨੂੰ ਰਿਲੀਜ਼ ਕਰਦਾ, ਦੇ ਦਿਓ ਮੈਨੂੰ, ਕਿਉਂਕਿ ਹਰ ਬੰਦਾ ਨਹੀਂ ਕਰ ਸਕਦਾ। ਅਸੀਂ ਤਾਂ ਆਪਣਾ ਘਰ ਬਾਰ ਛੱਡ ਕੇ ਕੱਫਣ ਬੰਨ ਕੇ ਅੱਜ ਦੇ ਨਹੀਂ ਤੁਰੇ ਪਏ, ਕੱਦੇ ਤੁਰੇ ਪਏ ਹਾਂ। ਬੀਜੇਪੀ ਸਾਥ ਨਹੀਂ ਦੇ ਰਹੀ ਸ਼ੀਤਲ ਦੇ ਮਤਲਬ? ਨਹੀਂ, ਜੇ ਦੇ ਰਹੀ ਹੁੰਦੀ ਤਾਂ ਫਿਰ ਅੱਜ ਬੋਲ ਦਿੰਦੇ। ਕਿਹਾ ਸੀਗਾ ਆਡੀਓ, ਜਦ ਹੁਣ ਸਾਰਾ ਕੁਛ ਉਹਨੇ ਦੱਸੇ ਦਿੱਤਾ ਆਡੀਓ ਦੇ ਵਿੱਚ, ਕਿਹਾ ਹੈ ਕਿ ਉਹਦੇ ਪਰਿਵਾਰ ਦੇ ਕਾਲੇ ਕਾਰਨਾਮੇ ਹੈ, ਅਰੋੜੇ ਦੇ ਕਾਲੇ ਕਾਰਨਾਮੇ, ਤਾਂ ਫਿਰ ਖੋਲ ਦਿੰਦਾ। ਚਲੋ ਉਹਨੇ ਉਹਨੂੰ BJP ਵਾਲੇ ਦੋ ਜਿਹੜੇ ਅਪਰੋਚ ਹੋਏ ਵੀ ਉਹਨਾਂ ਨੇ ਆ ਕੇ ਦੱਸਤਾ ਹੋਣਾ, ਕਹਿਤਾ ਹੋਣਾ ਵੀ ਜਿਸ ਤਰ੍ਹਾਂ ਖਹਿਰੇ ਨੇ ਦਿੱਤੀ ਹੈ, ਜਿਸ ਤਰ੍ਹਾਂ ਦੂਸਰਿਆਂ ਨੇ ਦਿੱਤੀ ਹੈ, ਉਸ ਤਰ੍ਹਾਂ ਤੂੰ ਵੀ CM ਨੂੰ ਕਿਹਾ, ਗਵਰਨਰ ਨੂੰ ਤਾਂ ਦੇ ਦਿੰਦਾ ਘੱਟ ਤੋਂ ਘੱਟ, ਕੁਛ ਗੱਲ ਤਾਂ ਬਣ ਜਾਂਦੀ। ਪਰ ਇੱਕ ਗੱਲ ਕੁਐਸਚਨ ਖੜਾ ਹੋ ਗਿਆ ਕਿ ਅਰੋੜਾ ਦਾ ਪਤਾ ਲੱਗ ਗਿਆ, ਕਟਹਿਰੇ 'ਚ ਖੜਾ ਹੋ ਗਿਆ ਮੁੱਖ ਮੰਤਰੀ ਦਾ ਪਰਿਵਾਰ, ਕਟਹਿਰੇ ਵਿੱਚ ਖੜਾ ਹੋ ਗਿਆ ਮੁੱਖ ਮੰਤਰੀ, ਅੱਜ ਕਟਹਿਰੇ 'ਚ ਖੜਾ। ਉਹ ਚਾਹੇ ਜਿੰਨਾ ਮਰਜ਼ੀ ਸੱਚਾ ਬਣ ਜਾਵੇ ਜਾਂ ਫਿਰ ਸਾਰਿਆਂ ਦੇ ਸਾਹਮਣੇ ਮੁੱਖ ਮੰਤਰੀ ਹੁਣ ਇਹਨੂੰ ਖੋਲ੍ਹ ਕੇ ਦਿਖਾਵੇ ਕਿ ਜਿਹਦੇ 'ਚ ਕਿਆ ਹੈ, ਜੇ ਸੱਚਾਈ ਹੈ ਉਹਨੂੰ ਸੱਚਾਈ ਪਰ ਲੈ ਕੇ ਆਵੇ।